ਹੈਲੋ ਡੀਅਰ ਸਟੂਡੈਂਟਸ, ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ। ਸੋ ਇਸ ਸੀਰੀਜ਼ ਦੇ ਵਿੱਚ ਬੱਚੇ ਅਸੀਂ ਜੋ ਸਾਡੀ ਕੁਇਕ ਸੀਰੀਜ਼ ਚੱਲ ਰਹੀ ਹੈ, ਸੋ ਇਹਦਾ ਬੱਚੇ ਲੈਕਚਰ ਨੰਬਰ 5 ਆ, ਯੂਨਿਟ ਨੰਬਰ 5 ਆ, ਦੈਟ ਇਜ਼ ਇਲੈਕਟ੍ਰੋਮੈਗਨੈਟਿਕ ਵੇਵ। ਸੋ ਬੱਚੇ ਜ਼ਿਆਦਾ ਵੇਟੇਜ ਵਾਲਾ ਚੈਪਟਰ ਨਹੀਂ ਆ, ਬਟ ਇਹਦੇ ਵਿੱਚੋਂ ਜਿੰਨੇ ਵੀ ਬੱਚੇ ਕੁਸ਼ਚਨਸ ਆਉਂਦੇ ਆ ਉਹ ਕਹਿ ਲਓ ਕਿ ਮੋਸਟ ਇੰਪੋਰਟੈਂਟ ਹੁੰਦੇ ਆ, ਫ੍ਰੀ ਦੇ ਦੋ ਤਿੰਨ ਨੰਬਰ ਆ। ਸੋ ਅਸੀਂ ਉਹ ਨੰਬਰ ਜਿਹੜੇ ਦੋ ਤਿੰਨ ਨੰਬਰ ਵੀ ਆ ਤਾਂ ਉਹਨੂੰ ਬਹੁਤ ਚੰਗੀ ਤਰੀਕੇ ਨਾਲ ਪੱਕੇ ਕਰਨਾ। ਸੋ ਆਪਾਂ ਉਹ ਵਾਲੇ ਕੁਸ਼ਚਨ ਜ਼ਿਆਦਾ ਡਿਸਕਸ ਕਰਾਂਗੇ ਜਿਹੜੇ ਕਿ ਮੋਸਟ ਇੰਪੋਰਟੈਂਟ ਆ। ਠੀਕ ਹੈ ਜੀ, ਸੋ ਸਟਾਰਟ ਕਰਦੀ ਆ ਬੱਚੇ ਫਾਰਮੂਲੇਸ ਤੋਂ। ਸੋ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਉ, ਮੈਕਸੀਮਮ ਸ਼ੇਅਰ ਕਰ ਦਿਉ ਔਰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ। ਸੋ ਬੱਚੇ ਸਭ ਤੋਂ ਪਹਿਲਾਂ ਆ ਜਾਓ ਇਲੈਕਟ੍ਰੋਮੈਗਨੈਟਿਕ ਵੇਵ। ਇਲੈਕਟ੍ਰੋਮੈਗਨੈਟਿਕ ਵੇਵ ਇਜ਼ ਦ ਰਿਜ਼ਲਟ ਆਫ ਸੁਪਰ ਪੋਜੀਸ਼ਨ। ਵਟ ਇਜ਼ ਸੁਪਰ ਪੋਜੀਸ਼ਨ? ਸੁਪਰ ਪੋਜੀਸ਼ਨ ਹੁੰਦਾ ਕਿ ਜਦੋਂ ਦੋ ਜਾਂ ਦੋ ਤੋਂ ਜ਼ਿਆਦਾ ਜਿਹੜੀਆਂ ਵੇਵਸ ਆਪਸ ਵਿੱਚ ਮਿਕਸ ਹੋ ਜਾਣ, ਮਿਲ ਜਾਣ, ਸੁਪਰ ਪੋਜੀਸ਼ਨ ਹੋ ਜਾਂਦੀ ਆ ਆਫ ਮਿਊਚੁਅਲ ਪਰਪੈਂਡੀਕੁਲਰ ਓਸੀਲੇਟਿੰਗ ਮੈਗਨੈਟਿਕ ਐਂਡ ਇਲੈਕਟ੍ਰਿਕ ਫੀਲਡ। ਜਦੋਂ ਮੈਗਨੈਟਿਕ ਔਰ ਇਲੈਕਟ੍ਰਿਕ ਫੀਲਡ ਦੋਨੋਂ ਮਿਕਸ ਹੋ ਜਾਂਦੀਆਂ ਆ, ਕਿੱਦਾਂ? ਮਿਊਚੁਅਲੀ ਪਰਪੈਂਡੀਕੁਲਰ, ਮਤਲਬ ਜਦੋਂ ਇੱਕ 0 ਡਿਗਰੀ ਆ ਤਾਂ ਦੂਸਰਾ 90 ਡਿਗਰੀ ਆ, ਅਗਰ ਪਹਿਲੇ ਵਾਲਾ 90 ਡਿਗਰੀ ਹੋ ਗਿਆ ਤਾਂ ਦੂਸਰੇ ਵਾਲਾ 0 ਡਿਗਰੀ ਹੋ ਗਿਆ। ਮਿਊਚੁਅਲੀ ਪਰਪੈਂਡੀਕੁਲਰ ਇੱਕ ਦੂਸਰੇ ਦੇ ਨਾਲ, ਸੁਪਰ ਪੋਜੀਸ਼ਨ ਮਤਲਬ ਦੋਨੋਂ ਜਦੋਂ ਮਿਕਸ ਹੋ ਜਾਂਦੀਆਂ ਤਾਂ ਉਹਨਾਂ ਨੂੰ ਅਸੀਂ ਇਲੈਕਟ੍ਰੋਮੈਗਨੈਟਿਕ ਵੇਵਸ ਕਹਿੰਦੇ ਹਾਂ। ਦ ਰੇਸ਼ੋ ਆਫ ਕੰਟਰੀਬਿਊਸ਼ਨ ਆਫ ਮੈਗਨੈਟਿਕ ਐਨਰਜੀ ਡੈਂਸਿਟੀ ਐਂਡ ਇਲੈਕਟ੍ਰਿਕ ਡੈਂਸਿਟੀ ਇਨ ਇਲੈਕਟ੍ਰੋਮੈਗਨੈਟਿਕ ਵੇਵ ਇਜ਼ 1। ਸੋ ਬੱਚੇ ਆਹ ਚੀਜ਼ ਅੱਛੇ ਤਰੀਕੇ ਨਾਲ ਲਰਨ ਕਰ ਲਓ ਕਿ ਅਗਰ ਰੇਸ਼ੋ ਆ ਜਾਵੇ ਕੰਟਰੀਬਿਊਸ਼ਨ ਦੀ ਕਿ ਕਿੰਨੀਆਂ ਵੇਵਸ ਆ, ਕਿਉਂਕਿ ਇਹਦੇ ਵਿੱਚ ਇਕੁਅਲ ਨੰਬਰ ਆਫ ਵੇਵਸ ਹੋਣਗੀਆਂ, ਜਿੰਨੀਆਂ ਇਲੈਕਟ੍ਰਿਕ ਫੀਲਡ ਲਾਈਨਸ ਆ ਉਨੀਆਂ ਹੀ ਮੈਗਨੈਟਿਕ ਫੀਲਡ ਲਾਈਨਸ ਹੋਣਗੀਆਂ, ਇਹਦਾ ਮਤਲਬ ਰੇਸ਼ੋ ਆਲਵੇਜ਼ 1:1 ਹੀ ਹੋਏਗੀ। ਸੋ ਕੋਈ ਵੀ ਇੱਦਾਂ ਦਾ ਨੂਮੈਰੀਕਲ ਆ ਜਾਵੇ ਜਿਹਦੇ ਵਿੱਚ ਸਾਨੂੰ ਇਲੈਕਟ੍ਰਿਕ ਔਰ ਮੈਗਨੈਟਿਕ ਫੀਲਡ ਦੀਆਂ ਰੇਸ਼ੋ ਪੁੱਛੀਆਂ ਜਾਣ, ਸੋਲਵ ਕਰਨ ਦੀ ਜ਼ਰੂਰਤ ਨਹੀਂ, ਸਾਡਾ ਆਨਸਰ ਆਲਵੇਜ਼ 1 ਹੀ ਹੋਏਗਾ। ਸੋ ਨੈਕਸਟ ਆ ਕਿ ਇਲੈਕਟ੍ਰਿਕ ਐਨਰਜੀ ਡੈਂਸਿਟੀ ਐਕਚੁਅਲ ਦੇ ਵਿੱਚ ਹੁੰਦੀ ਕਿੰਨੀ ਆ, ਦੈਟ ਇਜ਼ ਯੂ ਇਜ਼ ਇਕੁਅਲ ਟੂ ਹਾਫ ਅਪਸਾਈਲਨ ਨੋਟ ਈ ਸਕੇਅਰ, ਔਰ ਮੈਗਨੈਟਿਕ ਐਨਰਜੀ ਡੈਂਸਿਟੀ ਕਿੰਨੀ ਆ, ਯੂ ਇਜ਼ ਇਕੁਅਲ ਟੂ ਬੀ ਸਕੇਅਰ ਡਿਵਾਈਡਡ ਬਾਈ 2 ਅਪਸਾਈਲਨ। ਸੋ ਦੋਨੋਂ ਬੱਚੇ ਤੁਹਾਨੂੰ ਲਰਨ ਹੋਣੀਆਂ ਚਾਹੀਦੀਆਂ। ਅਗਰ ਤੁਸੀਂ ਫਿਜ਼ਿਕਸ ਨੂੰ ਫਸਟ ਟਾਈਮ ਕਰ ਰਹੇ ਹੋ ਤਾਂ ਸਕਿੱਪ ਕਰ ਦਿਓ ਇਹਨੂੰ। ਅਗਰ ਤੁਸੀਂ ਫਿਜ਼ਿਕਸ 'ਚੋਂ 35 ਆਊਟ ਆਫ 35 ਚਾਹੁੰਦੇ ਆ ਤਾਂ ਟਰਾਈ ਕਰੋ ਕਿ ਹਰ ਇੱਕ ਚੀਜ਼ ਜਿਹੜੀ ਆ ਬਰੀਕੀ ਨਾਲ ਪੜ੍ਹ ਕੇ ਜਾਓ। ਨੈਕਸਟ ਆ ਜਾਓ, ਇਲੈਕਟ੍ਰੋਮੈਗਨੈਟਿਕ ਵੇਵ ਆਰ ਪ੍ਰੋਡਿਊਸਡ ਬਾਏ ਐਕਸਲਰੇਟ ਚਾਰਜ ਪਾਰਟੀਕਲ। ਕਹਿੰਦੇ ਕਦੋਂ ਪ੍ਰੋਡਿਊਸ ਹੁੰਦੀਆਂ ਈ ਐਮ ਵੇਵਸ, ਕਦੋਂ ਪ੍ਰੋਡਿਊਸ ਹੁੰਦੀਆਂ ਆ? ਜਦੋਂ ਐਕਸਲਰੇਟ ਕਰਦੀਆਂ ਆ ਚਾਰਜ ਪਾਰਟੀਕਲ। ਈ ਐਮ ਵੇਵ ਆਰ ਟ੍ਰਾਂਸਵਰਜ਼ਲ ਇਨ ਨੇਚਰ। ਟ੍ਰਾਂਸਵਰਜ਼ਲ ਮਤਲਬ ਇੱਕ ਦੂਸਰੇ ਨੂੰ ਕੱਟ ਸਕਦੀਆਂ ਆ। ਇਲੈਕਟ੍ਰੋਮੈਗਨੈਟਿਕ ਵੇਵਸ ਟ੍ਰਾਂਸਪੋਰਟ ਐਨਰਜੀ, ਸੋ ਐਨਰਜੀ ਨੂੰ ਟ੍ਰਾਂਸਪੋਰਟ ਕਰਦਾ ਆ। ਰੇਟ ਆਫ ਐਨਰਜੀ ਆਫ ਈ ਐਮ ਵੇਵ ਟ੍ਰਾਂਸਪੋਰਟ ਪਰ ਯੂਨਿਟ ਏਰੀਆ ਇਜ਼ ਰੀਪ੍ਰਜੈਂਟਡ ਬਾਈ। ਸੋ ਕਿੱਦਾਂ ਰੀਪ੍ਰਜੈਂਟ ਕਰਦੇ ਆ? ਐਸ ਵੈਕਟਰ ਇਜ਼ ਇਕੁਅਲ ਟੂ 1/ε0 ਈ ਵੈਕਟਰ ਕ੍ਰੋਸ ਬੀ ਵੈਕਟਰ। ਸੋ ਬੱਚੇ ਆਹ ਚੀਜ਼, ਦਿਸ ਇਜ਼ ਅ ਮੋਸਟ 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 ਇੰਪੋਰਟੈਂਟ ਆ। ਮੋਸਟਲੀ ਤੁਹਾਡੇ ਜਿਹੜੇ ਬੱਚੇ ਹੁਣ ਤੱਕ ਦੇ ਸੈਂਪਲ ਪੇਪਰ ਦੇਖ ਲਏ ਜਾਣ ਜਾਂ ਰਿਵੀਜ਼ਨ ਟੈਸਟ ਪੇਪਰ ਦੇਖ ਲਏ ਜਾਣ, ਉਹਦੇ ਵਿੱਚ ਪੁੱਛਿਆ ਜਾ ਰਿਹਾ ਆ ਮੋਸਟ ਫੇਮਸ ਕੁਸ਼ਚਨ ਆ ਕਿ ਜਿਹੜੀ ਆ ਇਲੈਕਟ੍ਰਿਕ ਔਰ ਮੈਗਨੈਟਿਕ ਫੀਲਡ ਜਿਹੜੀ ਆ ਕਿਸ ਵੈਕਟਰ, ਕਿਸ ਫੋਰਮ ਦੇ ਵਿੱਚ ਲਿਖਿਆ ਜਾਂਦਾ, ਦੈਟ ਇਜ਼ ਈ ਵੈਕਟਰ ਕ੍ਰੋਸ ਬੀ ਵੈਕਟਰ। ਠੀਕ ਹੈ ਜੀ, ਜੇ ਲਿਖਿਆ ਹੋਵੇ ਬੀ ਵੈਕਟਰ ਕ੍ਰੋਸ ਈ ਵੈਕਟਰ ਤਾਂ ਇਸ ਫੋਰਮ ਦੇ ਵਿੱਚ ਨਹੀਂ ਲਿਖਿਆ ਜਾਂਦਾ, ਈ ਵੈਕਟਰ ਕ੍ਰੋਸ ਬੀ ਵੈਕਟਰ ਦੀ ਫੋਰਮ ਦੇ ਵਿੱਚ ਲਿਖਿਆ ਜਾਂਦਾ। ਸੋ ਆਹ ਚੀਜ਼ ਨੂੰ ਬਹੁਤ ਕੇਅਰਫੁਲੀ ਸਮਝ ਲਓ, ਸੁਣ ਲਓ ਅਤੇ ਦੇਖ ਲਓ। ਨੈਕਸਟ ਆ ਜਾਓ, ਈ ਐਮ ਵੇਵ ਟਰੈਵਲ ਵਿਦ ਸਪੀਡ ਆਫ ਲਾਈਟ। ਸੋ ਈ ਐਮ ਵੇਵ ਦੀ ਕਿੰਨੀ ਸਪੀਡ ਹੁੰਦੀ ਹੈ? ਜਿੰਨੀ ਕਿ ਸਪੀਡ ਆਫ ਲਾਈਟ ਦੀ ਹੁੰਦੀ। ਹੁਣ ਬੱਚੇ ਸਵਾਲ ਆ ਕਿ ਸਪੀਡ ਆਫ ਲਾਈਟ ਕਿੰਨੀ ਹੁੰਦੀ ਆ? ਵੈਸੇ ਤਾਂ ਅਸੀਂ 7th-8th ਤੋਂ ਪੜ੍ਹਦੇ ਆ ਰਹੇ ਹਾਂ ਕਿ 3×10⁻¹8 ਮੀਟਰ ਪਰ ਸੈਕਿੰਡ ਜਿਹੜੀ ਆ ਸਪੀਡ ਹੁੰਦੀ ਆ। ਸੋ ਦੈਟ ਇਜ਼ ਸੀ ਇਜ਼ ਇਕੁਅਲ ਟੂ 1/ε0 ਮਿਊ ਨੋਟ, ਦੀ ਵੈਲਿਊ ਕਿੰਨੀ ਆ? 3×10⁻¹8। ਹੁਣ ਬੱਚੇ ਜਿਹੜੀ ਇਹਨੂੰ ਅਸੀਂ ਕਿਸ ਫੋਰਮ ਦੇ ਵਿੱਚ, ਜਿਹੜਾ ਸਪੀਡ ਆਫ ਲਾਈਟ ਨੂੰ ਕਿਸ ਫੋਰਮ ਦੇ ਵਿੱਚ ਲਿਖ ਸਕਦੇ ਹਾਂ? ਈ ਨੋਟ ਡਿਵਾਈਡਡ ਬਾਈ ਬੀ ਨੋਟ। ਹੁਣ ਈ ਨੋਟ ਕੀ ਆ? ਈ ਤੋਂ ਕਲੀਅਰ ਹੋ ਰਿਹਾ ਕਿ ਇਲੈਕਟ੍ਰਿਕ ਫੀਲਡ ਆ, ਬੀ ਤੋਂ ਕਲੀਅਰ ਹੋ ਰਿਹਾ ਕਿ ਮੈਗਨੈਟਿਕ ਫੀਲਡ ਹੈ। ਹੁਣ ਨੋਟ ਦਾ ਮਤਲਬ ਕੀ ਆ? ਐਂਪਲੀਟਿਊਡ। ਠੀਕ ਹੈ ਜੀ, ਸੋ ਐਂਪਲੀਟਿਊਡ ਆਫ ਇਲੈਕਟ੍ਰਿਕ ਫੀਲਡ ਡਿਵਾਈਡਡ ਬਾਈ ਐਂਪਲੀਟਿਊਡ ਆਫ ਮੈਗਨੈਟਿਕ ਫੀਲਡ। ਨੈਕਸਟ ਆ, ਇੰਟੈਂਸਿਟੀ ਆਫ ਈ ਐਮ ਵੇਵ ਕਿੰਨੀ ਹੋਏਗੀ? ਸੋ ਇੰਟੈਂਸਿਟੀ ਆਫ ਈ ਐਮ ਵੇਵ ਦੇ ਵਿੱਚ ਕੀ ਹੋਣਾ ਆ? ਬੱਚੇ ਫਾਰਮੂਲਾ ਦੇਖ ਲਓ, ਇੱਧਰ ਵਾਲਾ ਸੇਮ ਆ ਡੈਂਸਿਟੀ ਵਾਲਾ। ਜਦੋਂ ਅਸੀਂ ਕਹਿ ਲਓ ਕਿ ਵਿਲੋਸਿਟੀ ਆਫ ਲਾਈਟ ਦੀ ਨਾਲ ਗੱਲ ਕਰੀਏ, ਨਾਲ ਸੀ ਦੇ ਨਾਲ ਮਲਟੀਪਲਾਈ ਕਰ ਦੇਣਾ, ਕੀ ਆ ਗਿਆ? 1/2ε0E² ਇੱਧਰ ਕੀ ਆ? 1/2ε0CE² ਕਲੀਅਰ ਹੋ ਗਿਆ ਜੀ? ਨੈਕਸਟ ਵਿੱਚ ਵੀ ਕੀ ਆ? b²/2ε0, ਇੱਧਰ ਕੀ ਆ? b² c/2ε0 ਕਲੀਅਰ ਹੋ ਗਿਆ? ਸੋ ਬੱਚੇ ਹਾਲੇ ਤੱਕ ਇਹਨਾਂ ਵਿੱਚੋਂ ਕੋਈ ਵੀ ਚੀਜ਼ ਜ਼ਿਆਦਾ ਫੋਕਸਫੁਲੀ ਕਹਿ ਲਓ ਜਾਂ ਜ਼ਿਆਦਾ
ਡੀਪਲੀ ਤੁਹਾਨੂੰ ਲਰਨ ਕਰਨ ਦੀ ਜ਼ਰੂਰਤ ਨਹੀਂ ਆ, ਸਿਰਫ ਆਹ ਚੀਜ਼ ਆ ਜਿਹੜੀ ਕਿ ਮੋਸਟ ਇੰਪੋਰਟੈਂਟ ਆ, ਜਿਹੜੀ ਬਹੁਤ ਕੇਅਰਫੁਲੀ ਤੁਹਾਨੂੰ ਲਰਨ ਕਰਨ ਦੀ ਜ਼ਰੂਰਤ ਆ। ਨੈਕਸਟ ਆ ਜਾਓ, ਮੋਮੈਂਟਮ ਟ੍ਰਾਂਸਫਰ ਟੂ ਸਰਫੇਸ ਬਾਈ EM ਵੇਵ। ਸੋ ਬੱਚੇ ਆਹ ਵਾਲੀ ਚੀਜ਼ ਜਿਹੜੀ ਆ ਇਹ ਵੀ ਤੁਸੀਂ ਸਕਿੱਪ ਕਰਕੇ ਜਾ ਸਕਦੇ ਆ, ਅਗਰ ਤੁਸੀਂ ਨਹੀਂ ਪੜ੍ਹਨਾ ਚਾਹੁੰਦੇ ਤਾਂ ਨਾ ਪੜ੍ਹ ਕੇ ਜਾਓ। ਪੰਜਾਬ ਬੋਰਡ ਦੇ ਵਿੱਚ ਬੱਚੇ ਆਹ ਕੁਸ਼ਚਨ ਘੱਟ ਪੁੱਛੇ ਜਾ ਰਹੇ ਆ ਕਿਉਂਕਿ ਇਹਦੀ ਵੇਟੇਜ ਬਹੁਤ ਘੱਟ ਆ, ਮਤਲਬ ਕਿ ਕੁਸ਼ਚਨ ਜਿਹੜੇ ਲਿਮਿਟਿਡ ਕੁਸ਼ਚਨ ਆ ਜਿਹੜੇ ਮੋਸਟ ਇੰਪੋਰਟੈਂਟ ਆ। ਨੈਕਸਟ ਆ ਜਾਓ, ਵੈਨ ਸਰਫੇਸ ਕੰਪਲੀਟਲੀ ਐਬਜ਼ੋਰਬ EM ਵੇਵ ਤਾਂ ਐਨਰਜੀ ਕਿੰਨੀ ਹੋਏਗੀ, ਪੀ ਇਜ਼ ਇਕੁਅਲ ਟੂ ਯੂ ਓਵਰ ਸੀ। ਅਗਰ ਵੈਨ ਸਰਫੇਸ ਕੰਪਲੀਟਲੀ ਰਿਫਲੈਕਟ EM ਵੇਵਸ, ਅਗਰ ਰਿਫਲੈਕਟ ਟੋਟਲੀ ਰਿਫਲੈਕਟ ਕਰ ਦਿੱਤਾ, ਦੈਨ ਜਿਹੜੀ ਉਹਦੀ ਮੋਮੈਂਟਮ ਟ੍ਰਾਂਸਫਰ ਕਿੰਨਾ ਹੋਏਗਾ, ਟੂ ਯੂ ਡਿਵਾਈਡਡ ਬਾਈ ਸੀ। ਇੱਥੇ ਪੀ ਕੀ ਆ ਤੁਹਾਡੀ ਮੋਮੈਂਟਮ, ਯੂ ਕੀ ਆ ਐਨਰਜੀ, ਸੀ ਕੀ ਆ ਤੁਹਾਡੀ ਸਪੀਡ ਆਫ ਲਾਈਟ। ਠੀਕ ਹੈ ਜੀ, ਜੇ ਅਗਰ ਤੁਸੀਂ ਆਹ ਚੀਜ਼ ਸਕਿੱਪ ਕਰਕੇ ਜਾਣਾ ਚਾਹੁੰਦੇ ਆ ਤਾਂ ਸਕਿੱਪ ਕਰ ਸਕਦੇ ਹਾਂ। ਨੈਕਸਟ ਆ ਜਾਓ, ਰੇਡੀਏਸ਼ਨ ਪ੍ਰੈਸ਼ਰ। ਹੁਣ ਰੇਡੀਏਸ਼ਨ ਪ੍ਰੈਸ਼ਰ ਐਕਚੁਅਲ ਦੇ ਵਿੱਚ ਕਿੰਨਾ ਹੁੰਦਾ ਆ, ਆਈ ਓਵਰ ਸੀ। ਆਈ ਕੀ ਆ ਇੰਟੈਂਸਿਟੀ ਆਫ EM ਵੇਵ। ਨੈਕਸਟ ਇਜ਼ ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ ਵਿਚ ਇਜ਼ ਮੋਸਟ 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 ਇੰਪੋਰਟੈਂਟ। ਆਹ ਤੁਸੀਂ ਬਿਲਕੁਲ ਨਹੀਂ ਛੱਡ ਕੇ ਜਾਣਾ, ਜਿਹਦੇ ਵਿੱਚੋਂ ਬੱਚੇ 1 ਮਾਰਕਸ ਦਾ ਕੁਸ਼ਚਨ ਆਏਗਾ ਹੀ ਆਏਗਾ। ਸੋ ਆਹ ਵਾਲੀ ਚੀਜ਼ ਬਿਲਕੁਲ ਨਹੀਂ ਛੱਡ ਕੇ ਜਾਣੀ। ਸੋ ਅਗਰ ਤੁਸੀਂ ਮੈਨੂੰ ਸ਼ੁਰੂ ਤੋਂ ਫੋਲੋ ਕਰ ਰਹੇ ਹਾਂ, ਤੁਹਾਨੂੰ ਹੁਣ ਤੱਕ ਮੇਰੀ ਟ੍ਰਿਕ ਜਿਹੜੀ ਆ ਲਰਨ ਹੋ ਗਈ ਹੋਏਗੀ। ਰਾਮ, ਮੇ ਆਈ ਵਿਜ਼ਿਟ ਯੂਅਰ ਐਕਸ ਗਰਲਫ੍ਰੈਂਡ। ਸੋ ਬੋਲਦੇ ਜਾਓ ਨਾਲ, ਰਾਮ ਮੇ ਆਈ ਵਿਜ਼ਿਟ ਯੋਰ ਐਕਸ ਗਰਲਫ੍ਰੈਂਡ। ਸੋ ਆਰ ਮਤਲਬ ਰੇਡੀਓਵੇਵ, ਐਮ ਮਤਲਬ ਮਾਈਕ੍ਰੋਵੇਵ, ਆਈ ਮਤਲਬ ਇਨਫਰਾਰੈਡ ਰੇਸ, ਵੀ ਮਤਲਬ ਵਿਜ਼ੀਬਲ ਲਾਈਟ, ਯੂ ਮਤਲਬ ਯੂਵੀ ਰੇਸ, ਐਕਸ ਮਤਲਬ ਐਕਸ ਰੇਸ, ਜੀ ਮਤਲਬ ਗਾਮਾ ਰੇਸ। ਡਨ। ਸੋ ਬੱਚੇ ਅਗਰ ਤੁਸੀਂ ਮੇਰੇ ਚੈਨਲ ਨੂੰ ਫਸਟ ਟਾਈਮ ਦੇਖ ਰਹੇ ਹੋ ਤਾਂ ਵੀ ਆਹ ਵਾਲੀ ਲਾਈਨ 2-3 ਵਾਰੀ ਰਿਪੀਟ ਕਰੋ, ਤੁਹਾਨੂੰ ਲਰਨ ਹੋ ਜਾਏਗਾ। ਰਾਮ ਮੇ ਆਈ ਵਿਜ਼ਿਟ ਯੂਅਰ ਐਕਸ ਗਰਲਫ੍ਰੈਂਡ, ਰਾਮ ਮੇ ਆਈ ਵਿਜ਼ਿਟ ਯੂਅਰ ਐਕਸ ਗਰਲਫ੍ਰੈਂਡ, ਰਾਮ ਮੇ ਆਈ ਵਿਜ਼ਿਟ ਯੂਅਰ ਐਕਸ ਗਰਲਫ੍ਰੈਂਡ। ਸੋ ਹੋ ਗਈ ਲਾਈਨ ਯਾਦ। ਸੋ ਹੁਣ ਯਾਦ ਰੱਖਣਾ, ਰਾਮ ਮਤਲਬ ਕਿ ਇਹਦੀ ਵੇਵ ਲੈਂਥ ਸਭ ਤੋਂ ਜ਼ਿਆਦਾ ਹੋਏਗੀ, ਲੈਮਡਾ ਦੀ ਵੈਲਿਊ ਕੀ ਹੋਏਗੀ, ਸਭ ਤੋਂ ਜ਼ਿਆਦਾ ਹੋਏਗੀ। ਜਿੱਦਾਂ ਜਿੱਦਾਂ ਤੁਸੀਂ ਇੱਧਰ ਨੂੰ ਜਾਓਗੇ ਬੱਚੇ, ਤੁਹਾਡੀ ਵੇਵ ਲੈਂਥ ਘੱਟਦੀ ਜਾਏਗੀ। ਇਹਦਾ ਮਤਲਬ ਮੇ ਮਾਈਕ੍ਰੋਵੇਵ ਦੀ ਜਿਹੜੀ ਵੇਵ ਲੈਂਥ ਆ ਉਹ ਰੈੱਡ ਲਾਈਟ ਨਾਲੋਂ ਘੱਟ ਹੋਏਗੀ, ਇਨਫਰਾਰੈੱਡ ਦੀ ਉਤੋਂ ਘੱਟ ਹੋਏਗੀ, ਵਿਜ਼ੀਬਲ ਦੀ ਉਤੋਂ ਘੱਟ, ਅਤੇ ਸਭ ਤੋਂ ਘੱਟ ਵੇਵ ਲੈਂਥ ਕਿਹਦੀ ਹੋਏਗੀ, ਗਾਮਾ ਰੇਜ਼ ਦੀ, ਜਿਹੜਾ ਕਿ ਮੋਸਟ ਇੰਪੋਰਟੈਂਟ ਔਰ ਫੇਮਸ ਕੁਸ਼ਚਨ ਆ। ਵਿਚ ਵਨ ਆਫ ਦ ਫੋਲੋਇੰਗ ਹੈਜ਼ ਲੋਐਸਟ ਵੇਵ ਲੈਂਥ, ਸਭ ਤੋਂ ਘੱਟ ਵੇਵ ਲੈਂਥ ਕਿਹਦੀ ਆ, ਗਾਮਾ ਰੇਜ਼ ਦੀ। ਹੁਣ ਇਹ ਤੋਂ ਉਲਟਾ ਆ ਕਿ ਗਾਮਾ ਰੇਜ਼ ਦੀ ਫਰੀਕੁਐਂਸੀ ਸਭ ਤੋਂ ਜ਼ਿਆਦਾ ਹੁੰਦੀ ਆ, ਇਹਦਾ ਮਤਲਬ ਜਿੱਦਾਂ ਜਿੱਦਾਂ ਤੁਸੀਂ ਇੱਧਰ ਨੂੰ ਆਓਗੇ ਤਾਂ ਫਰੀਕੁਐਂਸੀ ਘੱਟਦੀ ਜਾਂਦੀ ਆ। ਸੋ ਵੇਵ ਲੈਂਥ ਯਾਦ ਕਰ ਲਓ, ਫਰੀਕੁਐਂਸੀ ਉੱਤੋਂ ਓਪੋਜ਼ਿਟ ਆ। ਅਦਰਵਾਈਜ਼ ਪੰਜਾਬ ਬੋਰਡ ਦੇ ਵਿੱਚ ਰੀਸੈਂਟਲੀ ਫਰੀਕੁਐਂਸੀ ਵਾਲੇ ਕੁਸ਼ਚਨਸ ਘੱਟ ਦੇਖਣ ਨੂੰ ਮਿਲੇ ਆ, ਮੋਸਟਲੀ ਵੇਵ ਲੈਂਥ ਵਾਲੇ ਕੁਸ਼ਚਨ ਜ਼ਿਆਦਾ ਦੇਖਣ ਨੂੰ ਮਿਲੇ ਆ, ਕਿਹਦੀ ਵੇਵ ਲੈਂਥ ਜ਼ਿਆਦਾ ਆ, ਕਿਹਦੀ ਵੇਵ ਲੈਂਥ ਘੱਟ ਆ, ਐਕਸੈਕਟਰਾ। ਸੋ ਹੁਣ ਆ ਜਾਓ ਵਿਜ਼ੀਬਲ ਵਾਲੀ ਚੀਜ਼ 'ਤੇ। ਬੱਚੇ ਵਿਜ਼ੀਬਲ ਦੇ ਵਿੱਚ ਜਿਹੜੇ ਆ 7 ਕਲਰਸ ਹੁੰਦੇ ਆ, ਜਿਹੜੇ ਕਿ ਤੁਸੀਂ 10th ਦੇ ਵਿੱਚ ਵੀ ਪੜ੍ਹ ਕੇ ਆਏ ਹੋਏ ਆ, ਵਿਬਕਿਊਰ। ਇਹਨੂੰ ਯਾਦ ਕਰਨ ਦੇ ਲਈ ਤੁਸੀਂ ਰੇਨਬੋ ਦੇ 7 ਕਲਰਸ ਵੀ ਲਰਨ ਕਰ ਸਕਦੇ ਆ। ਸੋ ਦੇਖ ਸਕਦੇ ਆ ਬੱਚੇ ਕਿਹੜੇ ਕਿਹੜੇ ਕਲਰਸ ਆ, VIBGYOR ਵਿਬਕਿਊਰ। ਸੋ ਇਹ ਆਰ ਮਤਲਬ ਕਿ ਰੇਡ, ਤੁਹਾਡਾ ਕੀ ਆ, ਰੈੱਡ ਕਲਰ। ਰੈੱਡ ਕਲਰ ਦੀ ਬੱਚੇ ਵੇਵ ਲੈਂਥ ਸਭ ਤੋਂ ਜ਼ਿਆਦਾ ਹੁੰਦੀ ਆ, ਇਸ ਤਰੀਕੇ ਨਾਲ ਬਣਾ ਲੈਣਾ। ਨੈਕਸਟ ਵੀ ਇਜ਼ ਵਾਇਲਟ, ਵਾਇਲਟ ਕਲਰ ਦੀ ਜਿਹੜੀ ਵੇਵ ਲੈਂਥ ਆ ਸਭ ਤੋਂ ਘੱਟ ਹੁੰਦੀ ਆ, ਇਹਦਾ ਮਤਲਬ ਰੈੱਡ ਔਰੇਂਜ ਲਾਈਟ ਦੀ ਰੈੱਡ ਨਾਲੋਂ ਥੋੜ੍ਹੀ ਘੱਟ ਹੋਏਗੀ, ਯੈਲੋ ਦੀ ਉਹਦੇ ਨਾਲੋਂ ਘੱਟ, ਦੈਨ ਗ੍ਰੀਨ ਦੀ ਉਹਦੇ ਨਾਲੋਂ ਘੱਟ, ਬਲੂ ਦੀ ਯੈਲੋ ਨਾਲੋਂ ਘੱਟ ਹੋਏਗੀ, ਔਰ ਆਈ ਮਤਲਬ ਇੰਡੀਗੋ ਦੀ ਉਹਦੇ ਨਾਲੋਂ ਘੱਟ ਹੋਏਗੀ। ਸੋ ਆਹ ਵਾਲੇ ਬੱਚੇ ਜੋ ਕਲਰ ਆ ਉਹਨੂੰ ਅੱਛੇ ਤਰੀਕੇ ਨਾਲ ਲਰਨ ਕਰ ਲੈਣਾ। ਇਹਦਾ ਰੀਜ਼ਨ ਇਹ ਆ ਕਿ ਸਮਟਾਈਮ ਪੇਪਰ ਦੇ ਵਿੱਚ ਆ ਜਾਂਦਾ ਹੁੰਦਾ ਆ ਕਿ ਗਾਮਾ ਰੇਜ਼, ਐਕਸ ਰੇਜ਼, ਬਲੂ ਲਾਈਟ ਔਰ ਔਰੇਂਜ ਲਾਈਟ, ਵਿਚ ਵਨ ਹੈਜ਼ ਅ ਗ੍ਰੇਟਰ ਵੇਵ ਲੈਂਥ ਜਾਂ ਲੋਐਸਟ ਵੇਵ ਲੈਂਥ। ਸੋ ਧਿਆਨ ਨਾਲ ਦੇਖਣਾ ਆ ਕਿ ਅਗਰ ਇੱਦਾਂ ਦਾ ਕੁਸ਼ਚਨ ਆ ਜਾਂਦਾ ਆ ਤਾਂ ਅਸੀਂ ਕਿਹਨੂੰ ਪ੍ਰੈਫਰੈਂਸ ਦੇਣੀ ਆ। ਕਲੀਅਰ ਹੋ ਗਈ ਜੀ? ਰੈੱਡ ਲਾਈਟ ਦੀ ਵੇਵ ਲੈਂਥ ਸਭ ਤੋਂ ਜ਼ਿਆਦਾ ਆ, ਰੈੱਡ ਲਾਈਟ ਦੀ ਵੇਵ ਲੈਂਥ ਸਭ ਤੋਂ ਜ਼ਿਆਦਾ ਆ ਔਰ ਵਾਇਲਟ ਲਾਈਟ ਦੀ ਵੇਵ ਲੈਂਥ ਸਭ ਤੋਂ ਘੱਟ ਆ। ਯਾਦ ਰੱਖਣਾ, ਜਿੱਥੇ ਬੱਚੇ ਵਿਜ਼ੀਬਲ ਲਿਖਿਆ ਹੋਇਆ, ਵਿਜ਼ੀਬਲ ਲਾਈਟ ਲਿਖਿਆ ਹੋਇਆ, ਵਿਜ਼ੀਬਲ ਦੀ ਜਗ੍ਹਾ 'ਤੇ ਆਹ ਕਲਰ ਯੂਜ਼ ਕਰਨੇ ਆ। ਹੋ ਗਿਆ ਜੀ ਕਲੀਅਰ? ਚਲੋ ਬੱਚੇ ਆਪਾਂ ਸਟਾਰਟ ਕਰਦੇ ਹਾਂ ਕੁਝ MCQs ਤਾਂ ਕਿ ਤੁਹਾਨੂੰ ਅੱਛੀ ਤਰੀਕੇ ਨਾਲ ਇਸ ਲੈਸਨ ਦੇ ਸਾਰੇ ਡਾਊਟਸ ਔਰ ਇੰਪੋਰਟੈਂਟ ਕੁਸ਼ਚਨਸ ਕਲੀਅਰ ਹੋ ਜਾਣ।
सो आर फर्स्ट क्वेश्चन इज वट इज़ द कॉमन करैक्टरिस्टिक्स ऑफ ऑल द ई एम वेव. इंपॉर्टेंट क्वेश्चन आ, नॉलेज बेस्ड क्वेश्चन के अंदर आ सकता है कि कॉमन करैक्टरिस्टिक्स की आ सारी ई एम वेव की. बच्चे जो स्पीड होंगी दैट इज सेम, दैट इज 3 × 10⁻⁸ m/s. नेक्सट इज द एम्पलीट्यूड ऑफ इलेक्ट्रिक एंड मैग्नेटिक फील्ड इन ई एम वेव आर ई नॉट एंड बी नॉट रिस्पेक्टिवली, दे आर रिलेटेड एज. सो बच्चे बेसिक फॉर्मूला से लर्न करना आ, सी के इक्वल हों, सी हों ई ओवर बी दे. ठीक है जी, इलैक्ट्रिक फील्ड डिवाइडेड बाय मैगनैटिक फील्ड. यदा मतलब साढ़े को इदा का कोई भी आंसर नहीं है, सी इज इक्वल टू वाला नहीं है, इनू दूसरी तरफ ले जाओ तो ई के इक्वल आ जाएगा सी बी नॉट दे. सो ए साढ़े को आंसर हैगा आ, सो बी इज़ द राइट आंसर. सो बच्चे नैक्सट क्वेश्चन आ, इदा के न्यूमैरिकल जड़े आ थोड़े पंजाब बोर्ड के देखे जा रहे. सो बच्चे 1 marks का एक न्यूमैरिकल आएगा ही आएगा. सो बच्चे 90% चांस आ कि इस तरह के न्यूमैरिकल ही आएंगे. इन अ प्लेन ई एम वेव इलैक्ट्रोमैगनैटिक ऑसीलेशनस विल बी फ्रकुएंसी. बच्चे हूँ ध्यान दो कि थोड़ा फ्रकुएंसी मतलब कि म्यू गिवन आ, तुम्हें लैमडा पता करना, वेवलेंथ पता करना. सो बच्चे लैमडा कि इक्वल हों सी ओवर म्यू. सो सी की वैल्यू कि 3 × 10⁸ m/8 और म्यू कि 3 × 10⁻¹⁰. सो 3 / 2. सो बच्चे 3 × 2 ना डिवाइड किया तो साढ़े को कि आ गया पॉइंट लगाता 0 तो आ गया थोड़े को 1.5. 1.5 है मतलब कि अगे वाले पोर्शन बच्चे 3 आ रहे, सारी 1.5 आ रह गई पिछे वाली गल. सो 8 आ बच्चे 10 उपर गया माइनस दे 10. सो माइनस दे 10 चो 8 निकालते तो माइनस दे 2. सो माइनस दे 2 बच्चे सिर्फ और सिर्फ बी ऑप्शन चा. सो बी ऑप्शन इज़ द राइट आंसर. क्लीयर हो गया जी. सो ये सिमिलरली बच्चे दे नाल दा ही सेम क्वेश्चन है. हुण ये क्वेश्चन खुद ट्राई करके देखो, वट इज़ द वेवलेंथ. हुण कहिंदे वेवलेंथ किन्नी होएगी of an electromagnetic wave having frequency 1 MHz. पहला तो मैगाहर्ट्स नू हर्ट्स दे विच कन्वर्ट करांगे. किदा कन्वर्ट करांगे, मैगाहर्ट आ बच्चे 1 × 10⁶ m/s. ये थानू की गिवन आ फ्रकुएंसी मतलब कि म्यू गिवन आ. वी हैव टू फाइंड लैमडा. लैमडा किदी इक्वल है, सी डिवाइडेड बाय म्यू. सो सी की वैल्यू सानू पता है, म्यू की वैल्यू गिवन आ. बच्चे 6 जो उपर जाएगा तो की हो जाएगा, 8 तो 6 गए तो 2 बच गया, मतलब 3 × 10⁻² m/2. पर इदा दी कोई ऑप्शन नहीं आ. सो आवले इस तरीके ना लिख सकते 100. सो आ गया 300 m. 300 m मतलब कि ऑप्शन नंबर सी इज़ द राइट आंसर. बच्चे इदा दे न्यूमेरिकल जरूर करके जाना. इस चैप्टर चो 1 marks का एक न्यूमेरिकल आएगा ही आएगा. सो चांसिज है बच्चे इस तरह का ही न्यूमेरिकल थोड़े पेपर के अंदर आ जाएगा. नैक्सट बच्चे न्यूमेरिकल है सेम ये नाल दा आ. सो थोड़े बच्चे ट्राई करन दे लई मैं थोनू शो कर रही हाँ. सो एक बारी ट्राई करके देख लो, कोई प्रॉब्लम नहीं होएगी. पेपर की तैयारी इस वीडियो दे नाल ही हो जाएगी. इस तो बाद चाहे तुसी अपनी बुक चक के देखना चाहे ना देखना. सो इस वीडियो दे नाल जिन्ना कि तुसी कर लिया तो आई थिंक इन्ना सफिशेंट होएगा. सो बच्चे एक इस तरह का न्यूमेरिकल भी करके जाना. इलैक्ट्रोमैगनैटिक वेव गिवन आ, द एम्पलीट्यूड ऑफ मैगनैटिक फील्ड मतलब कि बी नॉट गिवन आ, फ्रकुएंसी ऑफ वेवलेंथ इज 10⁻²⁰ m/12. दैन द एम्पलीट्यूड ऑफ ऑसीलेटिंग इलैक्ट्रिक फील्ड, इलैक्ट्रिक फील्ड मतलब कि ई पता करो. सो बच्चे इतने फ्रकुएंसी गिवन आ तो देख के घबराना नहीं आ कि सानू फ्रकुएंसी गिवन आ असी की करांगे. सो फ्रकुएंसी गिवन आ तो कोई गल नहीं, साढ़े को फॉर्मूला की है बच्चे, ई नॉट इज इक्वल टू सी बी नॉट. ठीक है जी. हुण बच्चे सी की वैल्यू स्टैंडर्ड आ 3 × 10⁸ m/8. बी नॉट की वैल्यू थोड़े को कि बी नॉट कि 3 × 10⁻²⁻¹. सो 3 × 3 = 9 × बच्चे आ बेसिस आर सेम दैन पावर्स आर एडिड तो दोनों कैंसल आउट हो जाएंगे. सॉरी बच्चे आ माइनस 10 आ 8 आ, 10 × 8 गए तो माइनस दे 2. सो 9 × 10⁻²⁻¹ मतलब कि बी ऑप्शन इज़ द राइट आंसर. नेक्स्ट इज विच वन ऑफ द फॉलोइंग इलैक्ट्रोमैगनैटिक वेव हैज़ द स्मॉलेस्ट वेवलेंथ. स्मॉलेस्ट वेवलेंथ सब तो ज़्यादा छोटी वेवलेंथ की दिया. सो आप लिखा राम मे आई विजिट योर एक्स गर्लफ्रेंड. सो सब तो पहला देख लो जो गामा रेज है, गामा रेज है. सो डायरेक्ट आंसर आ गया कि सब तो छोटी कौन आ, गामा रेज है. नेक्स्ट आ जाओ द ई एम वेव यूज इन टेलीकम्युनिकेशन आ. टेलीकम्युनिकेशन के बच्चे असी जड़े आ माइक्रोवेव जड़े आ यूज करते हैं. सो बच्चे नेक्स्ट आ जाओ नेम द रेडिएशन यूज टू ट्रीट मस्कुलर स्ट्रेन. मस्कुलर स्ट्रेन मतलब कि साढ़े मसल्स के अगर किसी तरह का कोई पेन होवे उन्हों रिलीफ दिलाने के लिए असी केड़े यूज़ करते हैं, इनफ्रारेड
ਰੇਜ਼। ਨੈਕਸਟ ਓਜ਼ੋਨ ਲੇਅਰ ਨੂੰ ਪ੍ਰੋਟੈਕਟ ਕਰਨ ਦੇ ਲਈ ਬੱਚੇ ਇਲ ਇਫੈਕਟ ਜਿਹੜਾ ਆ ਕੌਣ ਦਿੰਦਾ ਆ, ਦੈਟ ਇਜ਼ ਯੂਵੀ ਰੇਜ਼। ਸੋ ਬੱਚੇ ਹਲਕੇ ਫੁਲਕੇ 1 marks ਦੇ ਕੁਸ਼ਚਨ ਆ, ਨੌਲੇਜ ਬੇਸਡ ਕੁਸ਼ਚਨ ਆ, ਸੋ ਜ਼ਰੂਰ ਪੜ੍ਹ ਕੇ ਜਾਣਾ। ਇਲੈਕਟ੍ਰੋਮੈਗਨੈਟਿਕ ਵੇਵ ਅਮਿਟਡ ਬਾਈ ਦਾ ਰੇਡੀਓ ਐਕਟਿਵ ਸਬਸਟਾਂਸ ਆਰ, ਸੋ ਰੇਡੀਓ ਐਕਟਿਵ ਸਬਸਟਾਂਸ ਕੌਣ ਹੁੰਦਾ ਆ? ਗਾਮਾ ਰੇਜ਼, ਠੀਕ ਹੈ। ਐਲਫਾ ਬੀਟਾ ਗਾਮਾ ਰੇਜ਼ ਜਿਹੜੀਆਂ ਹੁੰਦੀਆਂ ਬੱਚੇ ਉਹ ਰੇਡੀਓ ਐਕਟਿਵ ਸਬਸਟਾਂਸ ਆ, ਸੋ ਉਹ ਕੀ ਹੋ ਗਿਆ ਤੁਹਾਡੀਆਂ ਗਾਮਾ ਰੇਜ਼। ਨੈਕਸਟ ਆ ਜੋ ਵਿੱਚ ਆਫ ਦ ਫੋਲੋਇੰਗ ਹੈਜ਼ ਦ ਸਮੋਲੈਸਟ ਵੇਵਲੈਂਥ, ਸਮੋਲੈਸਟ ਵੇਵਲੈਂਥ ਕਿਹਦੀ ਆ? ਗਾਮਾ ਰੇਜ਼ ਦੀ। ਸੋ ਡੀ ਆਪਸ਼ਨ ਆ ਬੱਚੇ ਗਾਮਾ ਰੇਜ਼, ਸੋ ਅਸੀਂ ਡਾਇਰੈਕਟ ਗਾਮਾ ਰੇਜ਼ ਦੇ ਉੱਪਰ ਟਿਕ ਲਗਾ ਦਿੱਤਾ। ਨੈਕਸਟ ਆ ਵਿੱਚ ਆਫ ਦ ਫੋਲੋਇੰਗ ਈ ਐਮ ਵੇਵ ਹੈਜ਼ ਦਾ ਹਾਈਐਸਟ ਵੇਵਲੈਂਥ, ਹੁਣ ਹਾਈਐਸਟ ਦੀ ਗੱਲ ਆ ਗਈ, ਸੋ ਫਿਰ ਉਹੀ ਚੀਜ਼ ਲਿਖਾਂਗੇ, ਰਾਮ ਮੇ ਆਈ ਵਿਜ਼ਿਟ ਯੋਰ ਐਕਸ ਗਰਲਫ੍ਰੈਂਡ। ਸਭ ਤੋਂ ਪਹਿਲਾਂ ਦੇਖ ਲਓ ਰੇਡੀਓ ਵੇਵ ਹੈ, ਨਹੀਂ ਹੈ, ਦੈਨ ਦੇਖ ਲਓ ਮਾਈਕਰੋਵੇਵ ਹੈ, ਸੋ ਹੈ, ਸੋ ਆਂਸਰ ਆ ਗਿਆ ਮਾਈਕਰੋਵੇਵ। ਹਾਈਐਸਟ ਵੇਵਲੈਂਥ ਮਤਲਬ ਕਿ ਬੱਚੇ ਰੇਡੀਓ ਵੇਵ ਨਹੀਂ ਆ ਆਪਸ਼ਨ ਦੇ ਵਿੱਚ, ਤਾਂ ਨੈਕਸਟ ਹਾਈਐਸਟ ਵੇਵ ਕਿਹੜੀ ਹੋਊਗੀ? ਮਾਈਕਰੋਵੇਵ, ਤਾਂ ਮਾਈਕਰੋ ਆ ਗਿਆ। ਮੰਨ ਲਓ ਮਾਈਕਰੋ ਵੀ ਨਾ ਹੁੰਦਾ ਤਾਂ ਨੈਕਸਟ ਕੌਣ ਸੀ? ਇਨਫਰਾਰੈੱਡ, ਫਿਰ ਆਪਾਂ ਲਿਖ ਦੇਣਾ ਸੀ ਕਿ ਇਨਫਰਾਰੈੱਡ ਆ। ਕਲੀਅਰ ਹੋ ਗਿਆ ਵੀ ਕਿਸ ਤਰੀਕੇ ਨਾਲ ਅਸੀਂ ਈਜ਼ੀਲੀ ਜਿਹੜਾ ਇਹਨੂੰ ਸੋਲਵ ਕਰ ਸਕਦੇ ਹਾਂ। ਵਟ ਇਜ਼ ਦ ਕੋਜ਼ ਆਫ ਗ੍ਰੀਨ ਹਾਊਸ ਇਫੈਕਟ? ਗ੍ਰੀਨ ਹਾਊਸ ਇਫੈਕਟ ਬੱਚੇ ਕੌਣ ਕਰਦਾ ਆ? ਇਨਫਰਾਰੈੱਡ ਰੇਜ਼ ਕਰਦਾ। ਇਲੈਕਟ੍ਰੋਮੈਗਨੈਟਿਕ ਵੇਵਸ ਆਰ ਪ੍ਰੋਡਿਊਸਡ ਬਾਏ, ਬੱਚੇ ਇਹ ਇੰਪੋਰਟੈਂਟ ਕੁਸ਼ਚਨ ਆ, ਕਿੱਥੋਂ ਪ੍ਰੋਡਿਊਸ ਹੁੰਦਾ ਆ? ਐਕਸਲਰੇਟਿੰਗ ਚਾਰਜ ਪਾਰਟੀਕਲਸ ਤੋਂ। ਸੋ ਸੀ ਆਪਸ਼ਨ ਇਜ਼ ਦ ਰਾਈਟ ਆਂਸਰ। ਸੋ ਨੈਕਸਟ ਬੱਚੇ 33, 34 ਇਹ ਜਿਹੜੇ ਆ ਤੁਹਾਡੇ ਰਿਪੀਟਡ ਕੁਸ਼ਚਨਸ ਆ, ਤੁਸੀਂ ਇੱਕ ਵਾਰੀ ਖੁਦ ਪੜ੍ਹ ਸਕਦੇ ਆ। 35th ਆ ਓਜ਼ੋਨ ਇਜ਼ ਫਾਊਂਡ ਇਨ, ਓਜ਼ੋਨ ਕਿੱਥੇ ਪਾਇਆ ਜਾਂਦਾ ਆ? ਸਟੈਟੋਸਫੇਅਰ ਦੇ ਅੰਦਰ। ਸੋ ਆ ਗਿਆ ਸਟੈਟੋਸਫੇਅਰ। ਲਾਸਟ ਵਨ ਆ ਬੱਚੇ ਅੱਜ ਦੀ ਇਸ ਵੀਡੀਓ ਦਾ, ਸਾਡਾ ਲਾਸਟ ਕੁਸ਼ਚਨ ਆ, ਮਾਈਕਰੋਵੇਵ ਆਰ ਈ ਐਮ ਵੇਵ ਵਿਦ ਫਰੀਕੁਐਂਸੀ ਇਨ ਦਾ ਰੇਂਜ ਆਫ, ਇਹਦੀ ਰੇਂਜ ਕੀ ਹੁੰਦੀ ਆ ਬੱਚੇ? ਇਹਦੀ ਜਿਹੜੀ ਆ ਬੇਸਿਕ ਰੇਂਜ ਹੁੰਦੀ ਆ ਵਿਚ ਇਜ਼ ਅ ਗੀਗਾ ਹਰਟਸ, ਸੋ ਆਂਸਰ ਲਿਖ ਦਿੱਤਾ ਅਸੀਂ ਗੀਗਾ ਹਰਟਸ। ਕਲੀਅਰ ਹੋ ਗਿਆ ਜੀ? ਸੋ ਬੱਚੇ ਅਗਰ ਤੁਹਾਨੂੰ ਇਹ ਸੀਰੀਜ਼ ਅੱਛੀ ਤਰੀਕੇ ਨਾਲ ਸਮਝ ਲੱਗ ਗਈ ਹੋਵੇ ਤਾਂ ਬੱਚੇ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਕਰ ਜਾਓ, ਮੈਕਸੀਮਮ ਸ਼ੇਅਰ ਕਰ ਜਾਓ। ਪਲੀਜ਼ ਆਪਣੇ ਜੋ ਵੀ ਤੁਹਾਡੇ ਸਕੂਲ ਦੇ ਸਟੂਡੈਂਟਸ ਆ, ਚਾਹੇ ਉਹ +1 +2 ਦੇ, ਤਾਂ ਉਹਨਾਂ ਨੂੰ ਰਿਕੁਐਸਟ ਕਰ ਦਿਓ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ, ਕਿਉਂਕਿ ਫਿਜ਼ਿਕਸ ਨਾਲ ਰਿਲੇਟਡ ਬੱਚੇ ਵੀਡੀਓਜ਼ ਜਿਹੜੀਆਂ ਆ ਤੁਹਾਡੇ ਰਿਕੁਐਸਟ ਦੇ ਅਕੋਰਡਿੰਗਲੀ ਇੱਥੇ ਅਪਲੋਡ ਹੁੰਦੀਆਂ ਹੀ ਰਹਿੰਦੀਆਂ ਆ, ਜੋ ਤੁਹਾਡੀ ਡਿਮਾਂਡ ਹੁੰਦੀ ਆ। ਸੋ ਵੱਧ ਤੋਂ ਵੱਧ ਬੱਚੇ ਜਿੰਨਾ ਸ਼ੇਅਰ ਕਰ ਸਕਦੇ ਆ, ਚੈਨਲ ਨੂੰ ਸਪੋਰਟ ਕਰ ਸਕਦੇ ਆ, ਪਲੀਜ਼ ਚੈਨਲ ਨੂੰ ਸਪੋਰਟ ਕਰੋ ਔਰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ। ਥੈਂਕ ਯੂ ਸੋ ਮੱਚ।